जलंधर दे कपूरथला रोड दे कोल मंड दे कोल एक निजी बस वालों जो एक पहले आटो वाले नू टक्कर मारदा है ते उस तो बाद एक नोवा वाला ते नोवा तो बाद जो आटो वाला अगे ट्रक दे विच जाके वजदा है ते एक साइकिल वाले ने टक्कर मार के मौके तो फरार हो जांदा है, जिस दी आटो वाले कर्मचारी दी मौके ते मौत हो जांदी है, जो आटो दे विच सवारियां बैठियां सी उन्हां जो है जख्मी हो जांदी है ते मौके ते लोग है उन्हां ने जो आटो कर्मचारी दे लोगां ने जो जाम लगा दित्ता गया कपूरथला रोड बिल्कुल ਉਹਨਾਂ ਕਹਿਣਾ ਪਿਛਲੇ 2 ਘੰਟਿਆਂ ਤੋਂ ਇੱਥੇ ਕੋਈ ਵੀ ਪੁਲਿਸ ਮੌਕੇ ਤੇ ਨਹੀਂ ਆਈ ਤੇ 3 ਘੰਟੇ ਹੋ ਚੁੱਕੇ ਨੇ ਕੀ ਗੱਲ ਕੀ ਹੋਈ ਸੀ ਸਾਰਾ ਕਿਹੜਾ ਕਿੰਨੇ ਵਜੇ ਦੀ ਘਟਨਾ ਹੈਗੀ ਹੈ ਕਿ ਭਾਈ ਹਾਂਜੀ ਭਾਈ 10:30 ਵਜੇ ਦੀ ਘਟਨਾ ਭਾਈ ਜੋ ਬਸ ਇੱਥੋਂ ਲੰਘੀ 10:15 ਵਜੇ ਇੱਥੇ ਟਰੱਕ ਖੜਾ ਹੀ ਪਹਿਲੇ ਉਹਨੇ ਨੋਵਾ ਵਾਲੇ ਨੂੰ ਗੜੀਸ ਦਾ ਲਿਆਇਆ ਉਤੋਂ ਅੱਗੇ ਆ ਕੇ ਫਿਰ ਆਟੋ ਵਾਲੇ ਮਾਰੀ ਆਟੋ ਵਾਲੇ ਘੁੰਮਿਆ ਉਹਨੂੰ ਟੱਕਰ ਮਾਰਿਆ ਸਿੱਧਾ ਹੀ ਟਰੱਕ ਥੱਲੇ ਵੜ ਗਿਆ ਤੇ ਬਸ ਉਹਨੇ ਇੱਥੇ ਸਵਾਰੀ ਲਾਣੀ ਸੀ ਸਵਾਰੀ ਵੀ ਨਹੀਂ ਉਹਨੇ ਕੋਈ ਲਾਈ ਸਿੱਧੀ ਕਪੂਰਥਲਾ ਚੁੰਗ ਲੈ ਗਿਆ ਨਿਕਲ ਗਿਆ ਭਾਈ ਉੱਥੋਂ ਸਾਨੂੰ ਬੱਸ ਜਿਹੜੀ ਸਵਾਰੀ ਬੈਠੀ ਸੀ ਉਹ ਟਿਕਟ ਦੇ ਗਈ ਹੈ ਕਹਿੰਦੀ ਭਾਈ ਬੱਸ 'ਚ ਮੈਂ ਬੈਠਾ ਸੀਗਾ ਉਹ ਬੰਦੇ ਨੇ ਕਿਹਾ ਵੀ ਆਹ ਬੱਸ ਦਾ ਨੰਬਰ ਹੈ ਆਹ ਟਿਕਟ ਉਹ ਟਿਕਟ ਦੇ ਗਏ ਟਿਕਟ ਆਪਣੇ ਕੋਲ ਹੈਗੀ ਬੱਸ ਦਾ ਨੰਬਰ ਵੀ ਹੈਗਾ ਨੰਬਰ ਵੀ ਟਿਕਟ ਤੇ ਲਿਖਿਆ ਵੇ ਓਕੇ ਤਾਂ ਬੱਸ ਫਰਾ ਮੌਕੇ ਤੋਂ ਬੱਸ ਭਜਾ ਕੇ ਲਿਆ ਗਿਆ ਭਾਈ ਪੁਲਿਸ ਵੀ ਕੋਈ 3 ਘੰਟੇ ਇੱਥੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਆਇਆ ਭਾਈ ਇੱਥੇ ਪੁਲਿਸ ਤੱਕ ਵੀ ਨਹੀਂ ਆਈ 2-3 ਘੰਟੇ ਆਪਾਂ ਹੋ ਗਿਆ ਧਰਨਾ ਜਦੋਂ ਲੱਗਾ ਫਿਰ ਪੁਲਿਸ ਆਈ ਆਟੋ ਵਾਲੇ ਦੇ ਵਿੱਚ ਸਵਾਰੀਆਂ ਬੈਠੀਆਂ ਸੀ ਹਾਂਜੀ ਆਟੋ 'ਚ ਸਵਾਰੀ ਬੈਠੀ ਸੀ 2 ਸਵਾਰੀਆਂ ਬੈਠੀ ਇੱਕ ਜ਼ਖਮੀ ਹੋ ਗਈ ਇੱਕ ਦੀ ਲੱਤ ਟੁੱਟ ਗਈ ਆ ਭਾਈ ਸਵਾਰੀ ਦੇ ਸਿਰ ਤੇ ਆ ਛਾਤੀ ਵੀ ਸਾਰੀ ਪਾੜ ਗਈ ਇੱਕ ਸਵਾਰ ਜਨਾਨੀ ਦੀ ਲੇਡੀਜ਼ ਦੀ ਆਟੋ ਵਾਲਾ ਮੌਕੇ ਦੀ ਮੌਤ ਹੋ ਗਈ ਭਾਈ ਗੱਡੀ ਵਾਲਾ ਬਚਾਅ ਗੱਡੀ ਵਾਲੇ ਨੋਵੇ ਵਾਲਿਆ ਬਚਾਏ ਉਹਦੇ ਮਾੜੀ ਸਿਰ ਤੇ ਲੱਗੀ ਭਾਈ ਨੋਵਾ ਵਾਲੇ ਦੇ ਸਾਈਕਲ ਵਾਲੇ ਦੀ ਲੱਤ ਟੁੱਟ ਗਈ ਭਾਈ ਕਈ ਜਣਿਆਂ ਦੇ ਸੱਟਾ ਲੱਗ ਗਿਆ ਇੱਕ ਦੀ ਮੌਤ ਹੋਈ ਹੈ ਹਾਂਜੀ ਇੱਕ ਦੀ ਮੌਤ ਹੋ ਗਈ 3 ਲੋਕੀ ਜ਼ਖਮੀ ਹੋ ਗਏ ਜਿਹੜੇ ਬੱਸ ਵਾਲੇ ਦੀ ਸਪੀਡ ਕਿੰਨੀ ਹੋਏਗੀ ਤੁਹਾਡੇ ਸਪੀਡ ਭਾਈ ਬਹੁਤ ਸੀਗੀ ਤਾਂ ਹੀ ਨਹੀਂ ਉਹਨੇ ਗੱਡੀ ਰੋਕੀ ਤੇ ਨੋਵਾ ਭਾਈ ਤੁਹਾਡੇ ਸਾਹਮਣੇ ਦੇਖ ਸਕਦੇ ਨੋਵਾ ਨੂੰ ਉਹ ਕਿੱਥੋਂ ਹੈਂਡ ਬ੍ਰੇਕ ਚੱਕਦੀ ਨੋਵਾ ਵਾਲਾ ਨੇ ਫੇਰ ਵੀ ਉਹਨਾਂ ਨੇ ਬੱਸ ਨਹੀਂ ਰੋਕੀ ਉਹ ਨੋਵਾ ਵਾਲਾ ਗੜੀਸਦਾ ਗਿਆ ਤਸਵੀਰਾਂ ਲੋਕਾਂ ਦਾ ਕਹਿਣਾ ਹੈ 3 ਘੰਟੇ ਹੋ ਚੁੱਕੇ ਨੇ ਐਕਸੀਡੈਂਟ ਹੋਏ ਨੂੰ ਇੱਕ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਆਟੋ ਦੇ ਜੋ ਆਟੋ ਹੈ ਕਿੱਦਾਂ ਟੱਕਰ ਹੁੰਦੀ ਹੈ ਟਰੱਕ ਦੇ ਵਿੱਚ ਵੱਜਦਾ ਜਿਸ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਸਵਾਰੀਆਂ ਬੈਠੀਆਂ ਉਹ ਜ਼ਖਮੀ ਹੋ ਜਾਂਦੀ ਹੈ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਨਿੱਜੀ ਹਸਪੀਟਲਾਂ 'ਚ ਪਹੁੰਚਾਇਆ ਜਾਂਦਾ ਜੋ ਬੱਸ ਦੀ ਮਾਂ ਜੋ ਹੈ ਬੱਸ ਮੌਕੇ ਤੋਂ ਹੀ ਭਜਾ ਕੇ ਲੈ ਜਾਂਦਾ ਵਾ ਜਿਸ ਦੀ ਇੱਕ ਗੱਲ ਦੇਖੀ ਜਾਂਦੀ ਹੈ ਬੱਸ ਦੇ ਵਿੱਚ ਵੀ 60-70 ਸਵਾਰੀਆਂ ਬੈਠੀਆਂ ਹੁੰਦੀਆਂ ਜਿਸ ਦਾ ਉਹ ਜੋ ਲੋਕਾਂ ਦਾ ਕਹਿਣਾ ਬੱਸ ਇੰਨੀ ਸਪੀਡ 'ਤੇ ਸੀ ਕਿਹੜਾ ਉਸ ਕੋਲੋਂ ਬ੍ਰੇਕ ਨਹੀਂ ਲੱਗ ਸਕੀ ਜਿਸ ਦੀ ਟੱਕਰਾਂ ਮੌਕੇ 'ਤੇ ਜੇ ਉਹ ਲੋਕਾਂ ਵੱਲੋਂ ਜੋ ਇੱਥੇ ਜਾਮ ਲਗਾ ਦਿੱਤਾ ਗਿਆ ਲੋਕ ਕਹਿੰਦੇ ਨੇ ਇੱਥੇ ਅਕਸਰ ਕਈ ਵਾਰ ਇੱਥੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਤੋਂ ਬਾਅਦ ਜੋ ਕਈਆਂ ਦੀ ਜਾਨਾਂ ਵੀ ਚਲ ਜਾਂਦੀ ਆ ਪੁਲਿਸ ਵੱਲੋਂ ਇੱਥੇ ਪਿਛਲੇ 3 ਘੰਟਿਆਂ ਤੋਂ ਕਿਹੜਾ ਜਾਮ ਲੱਗਿਆ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਵੱਲੋਂ ਪਹੁੰਚ ਕੇ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਅਸੀਂ ਪੁਲਿਸ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਕੇ ਤੋਂ ਇੱਕ ਗਵਾਹ ਆਪਾਂ ਗੱਲਬਾਤ ਕਰਦੇ ਆ ਕੀ ਗੱਲ ਕੀ ਹੋਈ ਸੀ ਕਿੰਨੇ ਵਜੇ ਦੀ ਘਟਨਾ ਤੁਸੀਂ ਕਿੱਧਰੋਂ ਜਾ ਰਹੇ ਸੀ ਇਹ 10:30 ਵਜੇ ਦੀ ਘਟਨਾ ਜੀ ਤਕਰੀਬਨ 10:30 ਵਜੇ ਘਟਨਾ ਤੇ ਆਪਾਂ ਜਲੰਧਰ ਤੋਂ ਕਪੂਰਥਲਾ ਰੋਡ ਤੇ ਜਾ ਰਹੇ ਸੀਗੇ ਇਸ ਸਾਈਡ ਨੂੰ ਤੇ ਇਨੋਵਾ ਤੇ ਇੱਕ ਆਟੋ ਇਸ ਸਾਈਡ ਤੋਂ ਆ ਰਹੇ ਸੀ ਬੱਸ ਪ੍ਰਿੰਸ ਬੱਸ ਆ ਉਹਨੇ ਇਨੋਵਾ ਵਾਲੇ ਨੂੰ ਸਾਈਡ ਮਾਰੀ ਤੇ ਇਨੋਵਾ ਵਾਲੇ ਨੇ ਗਾਂ ਆਟੋ 'ਚ ਵੱਜਿਆ ਦੋਨਾਂ ਕੋਲ ਬੈਲੈਂਸ ਨਹੀਂ ਬਣਿਆ ਮੂਹਰੇ ਖੜਾ ਸੀ ਟਰੱਕ ਦੇ ਵਿੱਚ ਹੀ ਆਟੋ ਫਸ ਗਿਆ ਭਾਜੀ ਇੰਨੀ ਜ਼ੋਰ ਨਾਲ ਬੱਸ ਨੇ ਪਿੱਛੋਂ ਮਾਰੀ ਸਾਈਡ ਤੇ ਨਾ ਇਨੋਵਾ ਵਾਲੇ ਦਾ ਬੈਲੈਂਸ ਬਣਿਆ ਤੇ ਨਾ ਆਟੋ ਵਾਲੇ ਦਾ ਆਟੋ ਵਾਲੇ ਦੀ ਮੌਕੇ 'ਤੇ ਮੌਤ ਹੋ ਗਈ ਆ ਇੱਕ ਲੇਡੀਜ਼ ਆ ਲੇਡੀਜ਼ ਦੀ ਲੱਤ ਟੁੱਟ ਗਈ ਹੋਈ ਆ ਉਹਦੇ ਮਤਲਬ ਕਿ ਛਾਤੀ 'ਤੇ ਵੀ ਫੈਕਚਰ ਹੋਇਆ ਚੰਗਾ ਇੱਕ ਸਾਈਕਲ 'ਤੇ ਵਿਚਾਰਾ ਜਾ ਰਿਹਾ ਸੀ ਉਹਦੀ ਵੀ ਲੱਤ ਫੈਕਚਰ ਹੋ ਗਈ ਆ ਇੰਨੀ ਜ਼ੋਰ ਨਾਲ ਮਾਰੀ ਉਹਨੇ ਟੋਟਲ ਕਿੰਨੇ ਜਾਣੇ ਸੀ ਕਿੰਨੇ ਜਾਣੇ ਜ਼ਖਮੀ ਹੋਏ ਕਿੰਨੇ ਦੀ ਡੈਥ ਹੋਈ ਇੱਕ ਮੌਕੇ 'ਤੇ ਜਿਹੜਾ ਡਰਾਈਵਰ ਸੀ ਉਹਦੀ ਡੈਥ ਹੋ ਗਈ ਆ ਇੱਕ ਲੇਡੀਜ਼ ਆ ਉਹਦੇ ਚੰਗੀ ਸੱਟ ਸੁੱਟ ਲੱਗੀ ਆ ਅਤੇ ਦੂਜਾ ਜਿਹੜਾ ਵਿਚਾਰਾ ਸਾਈਕਲ 'ਤੇ ਜਾ ਰਿਹਾ ਸੀਗਾ ਉਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕੰਮ ਹੋਣਾ ਨਾ ਹੀ ਕਿਸੇ ਨੂੰ ਪਤਾ ਭਾਈ ਉਹਨੂੰ ਤਾਂ ਪਤਾ ਹੋਣਾ ਨਾ ਪਰ ਜਿਹੜਾ ਨੁਕਸਾਨ ਹੋਇਆ ਭਾਈ ਬਹੁਤ ਮਾੜਾ ਗੱਲ ਹੋਈ ਹੈ ਬੱਸ ਮੌਕੇ ਤੋਂ ਭੱਜ ਗਈ ਭਾਜੀ ਰੁਕੀ ਨਹੀਂ ਬੱਸ ਭਾਜੀ ਤੁਹਾਨੂੰ ਪਤਾ ਜੇ ਤੇਜ਼ ਹੋਊਗੀ ਤਾਂ ਹੀ ਨਹੀਂ ਰੁਕੀ
ਇੰਨੀ ਬੱਸ ਤੇਜ਼ ਪੈਸੰਜਰ ਇੱਕ ਉੱਤਰ ਕੇ ਆਇਆ ਵਾਪਸੀ ਸਾਨੂੰ ਟਿਕਟ ਦਿੱਤੀ ਹੈ ਬੱਸ ਦਾ ਨੰਬਰ ਵੀ ਦਿੱਤਾ ਉਹਨੇ ਕਹਿੰਦਾ ਮੈਂ ਬਰਿਆਣੇ ਮੋੜ ਦੇ ਉਤਰਨਾ ਸੀ ਮੈਨੂੰ ਉਹਨੇ ਕਪੂਰਥਲਾ ਚੌਂਕ ਉਤਾਰਿਆ ਜਾ ਕੇ ਅੱਛਾ ਪੁਲਿਸ ਮੌਕੇ 'ਤੇ ਆਈ ਸੀ ਪੁਲਿਸ ਭਾਈ 3-4 ਘੰਟੇ ਬਾਅਦ ਆਈ ਹੈ 10:30 ਵਜੇ ਦਾ ਐਕਸੀਡੈਂਟ ਹੋਇਆ ਅਤੇ ਹੁਣ ਤੁਸੀਂ ਦੇਖ ਲਓ ਹੁਣ ਮੁਲਾਜ਼ਮ ਆਏ ਆ ਦੇਖਿਆ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਲੋਕ ਕਹਿੰਦੇ ਨੇ ਪੁਲਿਸ ਕਿਹੜੀ ਹੈ 3 ਘੰਟੇ ਬਾਅਦ ਕਿਹੜੀ ਪੁਲਿਸ ਪਹੁੰਚਦੀ ਹੈ ਲੋਕਾਂ ਵੱਲੋਂ ਕਿਹੜਾ ਜਾਮ ਲਗਾ ਦਿੱਤਾ ਗਿਆ ਲੋਕਾਂ ਦਾ ਕਹਿਣਾ ਇਨਸਾਫ ਦਿੱਤਾ ਜਾਵੇ ਕਿਹੜੇ ਮੌਕੇ ਤੋਂ ਬੱਸ ਭੱਜ ਜਾਂਦੀ ਹੈ ਅਤੇ ਉਸ ਤੋਂ ਬਾਅਦ ਕਿਹੜੇ ਲੋਕਾਂ ਦੀ ਮਦਦ ਨਾਲ ਇਸਨੂੰ ਜੋ ਲੈ ਕੇ ਨਿੱਜੀ ਹੋਸਪਿਟਲਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਇਸ ਬਾਰੇ ਅਸੀਂ ਪੁਲਿਸ ਨਾਲ ਵੀ ਗੱਲਬਾਤ ਕਰਦੇ SHO ਸਾਹਿਬ ਕੀ ਮਾਮਲਾ ਕੀ ਹੈਗਾ ਇਹ ਐਕਸੀਡੈਂਟ ਹੋਇਆ ਹਾਂਜੀ ਕਿੰਨੇ ਜਣੇ ਇਹ ਤਾਂ ਇੱਕ ਇੰਜਰਡ ਹੋਇਆ ਜਿਹਦਾ ਡੈਥ ਹੋਈ ਆ ਬਾਕੀ ਸੱਟਾਂ ਲੱਗੀਆਂ ਨੇ ਕਰ ਰਹੇ ਵੈਰੀਫਾਈ ਕਰ ਰਹੇ ਹਾਂ ਬੱਸ ਕਿਹੜੀ ਆ ਮੌਕੇ ਤੋਂ ਕਹਿੰਦੇ ਭੱਜ ਗਏ ਸੀ ਭੱਜ ਗਏ ਫੜ ਰਹੇ ਉਹਨੂੰ ਵੀ ਫੜ ਰਹੇ ਉਹਨੂੰ ਅਤੇ ਬਾਕੀ ਕਿਹੜੇ ਬੰਦੇ ਆ ਸਵਾਰੀਆਂ ਸੀ ਉਹ ਬੱਚ ਬਾਕੀ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਹਾਂ ਲੱਗੀਆਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜ ਕੇਸ ਰਜਿਸਟਰ ਕਰ ਰਹੇ ਹਾਂ ਅਤੇ ਵਾਰਸ ਆਉਂਦੇ ਨੇ ਉਹਨਾਂ ਦੇ ਕੇਸ ਰਜਿਸਟਰ ਕਰਾਏ ਹਾਂ ਇਹ ਪ੍ਰਿੰਸ ਬੱਸ ਦਾ ਅਤੇ ਆਟੋ ਦਾ ਐਕਸੀਡੈਂਟ ਹੋਇਆ ਦੱਸਣ ਦੇ ਮੁਤਾਬਕ ਆਟੋ ਵਾਲੇ ਦੀ ਡੈਥ ਹੋ ਗਈ ਆ ਉਹਦੀ ਡੈਡ ਬੋਡੀ ਜਿਹੜੀ ਸਿਵਲ ਹੋਸਪਿਟਲ ਜਲੰਧਰ ਹੈ ਅਜੇ ਤੱਕ ਸਾਨੂੰ ਉਹਦਾ ਨਾਂ ਪਤਾ ਸੀ ਜਾ ਕੇ ਪਤਾ ਕਰਕੇ ਉਹਦੇ ਵਾਰਸ ਸੱਦ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਬੱਸ ਵਾਲੇ ਦੇ ਖਿਲਾਫ਼ ਕਰ ਦਿੰਦੇ ਜੀ ਬੱਸ ਮੌਕੇ ਤੋਂ ਭੱਜ ਗਈ ਬੱਸ ਮੌਕੇ ਭੱਜ ਗਈ ਅਤੇ ਸਰ ਕਿੱਦਾਂ ਬੱਸ ਮੌਕੇ ਤੋਂ ਭੱਜੀ ਹੈ ਜਾਨੀ ਨੁਕਸਾਨ ਕਿੱਦਾਂ ਆਟੋ ਦੇ ਵਿੱਚ ਸਵਾਰੀਆਂ ਵੀ ਬੈਠੀਆਂ ਹੋਣਗੀਆਂ ਉਹ ਜਾ ਕੇ ਮੌਕੇ ਸਿਵਲ ਹੋਸਪਿਟਲ ਜਾ ਕੇ ਵੈਰੀਫਾਈ ਹੋਣਾ ਜੀ ਉੱਥੇ ਅਸੀਂ ਤਾਂ ਹੁਣ ਇਤਲਾਹ ਮਿਲਣ 'ਤੇ ਆਏ ਹਾਂ ਪਹਿਲਾਂ ਬਾਬਾ ਖੇਲ ਇਹਦੇ ਗਈ ਸੀ ਇਤਲਾਹ ਸਾਨੂੰ ਨਹੀਂ ਸੀ ਇਤਲਾਹ ਸਾਨੂੰ ਹੁਣ ਗਈ ਆ ਕੇ ਸਿਵਲ ਹੋਸਪਿਟਲ ਪਹੁੰਚ ਕੇ ਜੋ ਕਾਰਵਾਈ ਬਣਦੀ ਕਰ ਰਹੇ ਆਟੋ 'ਚ ਸਵਾਰੀਆਂ ਵੀ ਸੀ ਜਾਂ ਦੱਸਦੇ ਜੀ ਹੈਗੀਆਂ ਸੀ ਅਜੇ ਵੈਰੀਫਾਈ ਨਹੀਂ ਹੋਇਆ ਅਤੇ ਕੋਈ ਬੱਸ ਦੀ ਬ੍ਰੇਕ ਫੇਲ ਹੋਈ ਸੀ ਜਾਂ ਨਹੀਂ ਮੈਂ ਕਿਹਾ ਜੀ ਵੈਰੀ ਪਤਾ ਲੱਗਣ 'ਤੇ ਬਾਅਦ ਪਤਾ ਕਰਕੇ ਦੱਸ ਦਿਆਂ ਜੀ ਅਜੇ ਕੋਈ ਨਹੀਂ ਪਤਾ ਅਸੀਂ ਗੱਲਬਾਤ ਕੀਤੀ ਗਈ SHO ਜੋ ਮਕਸੂਦਾ ਮੌਕੇ 'ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਜੋ ਇਸਦੇ ਜੋ ਮੌਕੇ 'ਤੇ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਜਾਣਗੇ ਅਤੇ ਉਹਨਾਂ ਦੇ ਉੱਤੇ ਕਿਹੜੀ ਹੈ ਕਾਰਵਾਈ ਕੀਤੀ ਜਾਏਗੀ ਸੁਨੀਲ ਮਹਾਜਨ ਜਗਬਾਣੀ TV ਜਲੰਧਰ ਜੀ ਇਤਲਾ ਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਹਰਿਆਣੇ ਦਾ ਆਇਆ ਜੀ ਤਾਂ ਉੱਥੇ ਦੁਕਾਨ ਸਾਡੇ ਬਾਊ ਇੰਗਲੈਂਡ ਗਏ ਆ ਉਹਨਾਂ ਦੇ ਮੈਂ ਕੰਮ ਕਰਦਾ ਉਹਨੇ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਪਲਾਟ ਇੱਕ ਲਿਆ ਸੀ ਉਹਦੇ ਵਿੱਚ ਮੈਂ ਸੀਮੈਂਟ ਮੇਸਤਰੀਆਂ ਨੂੰ ਉਹ ਸਮਾਨ ਲੈ ਕੇ ਦੇ ਕੇ ਮੈਂ ਇਹ ਘਰ ਨੂੰ ਚੱਲਾ ਰੋਟੀ ਖਾਣ ਉਹ ਪਿੱਛੋਂ ਗੱਡੀ ਆਈ ਉਹ ਪਿੱਛੋਂ ਮਾਰਿਆ ਸ਼ੈਲ ਉਹਦੇ ਵਿੱਚ ਇਹ ਕਾਰ ਸੀਗੀ ਚਿੱਟੇ ਰੰਗ ਦੀ ਹਾਂਜੀ ਕਿੰਨੇ ਕੁ ਬੰਦੇ ਸੀਗੇ ਤੁਸੀਂ ਜਦੋਂ ਆਟੋ ਦੇ ਵਿੱਚ ਸੀਗੇ ਤੁਸੀਂ ਕਦੋਂ ਤੇ ਸੀਗੇ ਮੈਂ ਉੱਥੇ ਦੁਕਾਨ ਤੋਂ ਨਹੀਂ ਕਿੱਥੇ ਕਦੋਂ ਤੇ ਸੀਗੇ ਤੁਸੀਂ ਸਾਈਕਲ ਤੇ ਮੋਟਰਸਾਈਕਲ ਸਕੂਟਰ ਤੇ ਕੀ ਚਲਾ ਰਹੇ ਸੀ ਤੁਸੀਂ ਉਦੋਂ ਮੈਂ ਸਾਈਕਲ ਤੇ ਸੀਗਾ ਜੀ ਅੱਛਾ ਹਾਂਜੀ ਇੱਧਰ ਗੱਡੀ ਖੜੀ ਸੀ ਤਾਂ ਮੈਂ ਉਹ ਗੱਡੀ ਦੇ ਪੋਲ ਦੀ ਲੰਘਣ ਲੱਗਾ ਪਿੱਛੋਂ ਆਣ ਕੇ ਮਾਰੀ ਉਹ ਕਾਰ ਚਿੱਟੇ ਰੰਗ ਦੀ ਸੀ ਇਹ ਨਹੀਂ ਹੈਗੀ ਕਾਰ ਸੀਗੀ ਚਿੱਟੇ ਰੰਗ ਦੀ ਇਹ ਨਹੀਂ ਮੈਨੂੰ ਪਤਾ ਤੁਹਾਡੇ ਕਿੱਥੇ ਕਿੱਥੇ ਲੱਗੀ ਸੱਟ ਆਹ ਇੱਕ ਬੱਖੀ ਜਿਹਾ ਇੱਕ ਆਹ ਆਪਣੇ ਬਾਂਹ 'ਤੇ ਜ਼ਿਆਦਾ ਤਾਂ ਇਹੋ ਹੀ ਆ ਘਾਮੋ ਥੋੜ੍ਹੀ ਜਿਹੀ ਆ ਠੀਕ ਹੈ